ਮੈਂ ਗੁਰਚਰਨ ਸਿੰਘ ਰਾਣਾ, ਪ੍ਰਧਾਨ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਅੰਮ੍ਰਿਤਸਰ। ਅੱਜ ਜਿਹੜਾ ਮੇਲਾ ਲਗਾਇਆ ਗਿਆ ਔਰ ਕਿੰਨੇ ਸਾਲ ਤੋਂ ਤੁਸੀਂ ਲਗਾਉਂਦੇ ਆ ਰਹੇ ਹੋ ਔਰ ਇਹਦੇ ਬਾਰੇ ਕੋਈ ਜਾਣਕਾਰੀ? ਅਸੀਂ ਇਹ ਮੇਲਾ, ਇਹ ਸਾਡਾ 7ਵਾਂ ਮੇਲਾ ਔਰ ਪਿਛਲੇ 7 ਸਾਲ ਤੋਂ ਅਸੀਂ ਮੇਲਾ ਲਗਾ ਰਹੇ ਹਾਂ ਫੋਟੋਗ੍ਰਾਫਰਾਂ ਦੀ ਭਲਾਈ ਵਾਸਤੇ ਔਰ ਨਵੀਂ ਟੈਕਨੀਕ ਜੋ ਵੀ ਆਈ ਹੈ ਉਹਦੇ ਵਾਸਤੇ, ਫੋਟੋਗ੍ਰਾਫਰ ਜਾਣੂ ਕਰਾਉਣ ਵਾਸਤੇ। ਕਿੰਨੇ ਕਿੰਨੇ ਜ਼ਿਲ੍ਹਿਆਂ ਤੋਂ ਜਿਹੜੇ ਕਿ ਸਾਰੇ ਸਟਾਲ ਆਏ ਜਾਂ ਲਾਏ ਆ? ਸਾਡਾ ਜਿਹੜੀ ਇੱਥੇ ਲੋਕ ਆਏ ਨੇ ਫੋਟੋਗ੍ਰਾਫਰ ਆਏ ਨੇ ਪਠਾਨਕੋਟ, ਗੁਰਦਾਸਪੁਰ, ਬਟਾਲਾ ਔਰ ਇੱਧਰ ਜੀਰਾ, ਮਖੂ, ਹਿਮਾਚਲ ਔਰ ਅੰਮ੍ਰਿਤਸਰ ਜੇ ਸਰਾਊਂਡਿੰਗ 60-70 ਕਿਲੋਮੀਟਰ ਏਰੀਆ। ਇਹ ਜਿਹੜਾ ਮੇਲਾ ਲਗਾਉਣ ਦਾ ਰੀਜ਼ਨ ਕੀ ਆ? ਇਹਦਾ ਰੀਜ਼ਨ ਹੈ ਜੀ ਫੋਟੋਗ੍ਰਾਫਰਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਾਉਣਾ, ਜਿਹੜੇ ਨਵੇਂ ਪ੍ਰੋਡਕਟ ਫੋਟੋਗ੍ਰਾਫੀ 'ਚ ਆ ਰਹੇ ਨੇ, ਕਿਉਂਕਿ ਅੱਜ ਹਰ ਦਿਨ ਤਕਨੀਕ ਬਦਲ ਰਹੀ ਹੈ ਔਰ ਕੈਮਰੇ ਬਦਲ ਰਹੇ ਨੇ, ਐਲਬਮ ਬਦਲ ਰਹੀ ਹੈ, ਹਰ ਚੀਜ਼ ਬਦਲ ਰਹੀ ਹੈ। ਇਸ ਕਰਕੇ ਫੋਟੋਗ੍ਰਾਫਰ ਨੂੰ ਜਾਣੂ ਕਰਾਉਣ ਦੇ ਵਾਸਤੇ ਸਾਨੂੰ ਇਹ ਮੇਲਾ ਲਗਾਉਣਾ ਜ਼ਰੂਰੀ ਪੈਂਦਾ। ਇਸ ਤੋਂ ਇਲਾਵਾ ਅਸੀਂ ਇੱਕ ਫੋਟੋਗ੍ਰਾਫਰ ਇਕੱਠ ਕਰਨੇ ਆ, ਜੋ ਕਿ ਇਸੇ ਬਹਾਨੇ ਦੇ ਨਾਲ ਫੋਟੋਗ੍ਰਾਫਰ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਔਰ ਇੱਕ ਦੂਜੇ ਦੇ ਨਾਲ ਮਤਲਬ ਜੁੜੇ ਰਹਿੰਦੇ ਨੇ। ਕਿੰਨੀਆਂ ਕਿ ਇਸ ਟਾਈਮ ਸਾਡੇ ਇੱਥੇ ਪਾਰਟੀਆਂ ਹੈਗੀਆਂ ਨੇ, ਅਲੱਗ ਅਲੱਗ ਪਾਰਟੀਆਂ ਵੀ ਹੈਗੀਆਂ ਨੇ, ਕਿਤੇ ਤੁਹਾਡੀ ਇਕੱਲੀ ਅੰਮ੍ਰਿਤਸਰ ਦੀ ਪਾਰਟੀ? ਦੇਖੋ ਸਾਡੀ ਫੋਟੋਗ੍ਰਾਫਰ ਜਿਹੜੀ ਹੈ ਐਸੋਸੀਏਸ਼ਨ ਉਹ ਇਕੱਲੀ ਹੈ, ਬਾਕੀ ਕੁਛ ਹੋ ਸਕਦੀਆਂ ਨੇ, ਪਰ ਅਸੀਂ ਪਿਛਲੇ ਕਾਫੀ ਦੇਰ ਤੋਂ ਫੋਟੋਗ੍ਰਾਫੀ ਦੀ ਵੈਲਫੇਅਰ ਵਾਸਤੇ ਕੰਮ ਕਰ ਰਹੇ ਹਾਂ ਔਰ ਫੋਟੋਗ੍ਰਾਫਰਾਂ ਵਾਸਤੇ ਕੰਮ ਕਰ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚ ਕਿੰਨੀਆਂ ਕੁ ਐਸੋਸੀਏਸ਼ਨਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਣੀਆਂ? ਅੰਮ੍ਰਿਤਸਰ ਦੇ ਵਿੱਚ ਪਹਿਲੇ ਵੀ ਕੁਝ ਇੱਕ ਦੋ ਬਣੀਆਂ ਜਿਹੜੀਆਂ ਕਿ ਉਸ ਤੋਂ ਬਾਅਦ ਡਿਸੋਲਵ ਹੋ ਗਈਆਂ। ਇਸ ਵੇਲੇ ਜੋ ਕੰਮ ਕਰ ਰਹੇ ਉਹ ਸਾਡੀ ਐਸੋਸੀਏਸ਼ਨ ਕੰਮ ਕਰ ਰਹੀ ਹੈ ਔਰ ਅਸੀਂ ਫੋਟੋਗ੍ਰਾਫਰਾਂ ਦੀ ਭਲਾਈ ਦੇ ਵਾਸਤੇ ਕੰਮ ਕਰ ਰਹੇ ਹਾਂ ਔਰ ਕਰਦੇ ਵੀ ਰਵਾਂਗੇ। ਪ੍ਰਧਾਨ ਜੀ, ਤੁਸੀਂ ਵੀ ਪਹਿਲਾਂ ਕੁਝ ਟਾਈਮ ਪਹਿਲਾਂ ਪ੍ਰਧਾਨ ਬਣੇ ਰਹੇ ਹੋ ਜੀ, ਅੱਜ ਫਿਰ ਤੁਸੀਂ ਇੱਕ ਕੈਮਰੇ ਸਾਡੇ ਸਾਹਮਣੇ ਰੂਬਰੂ ਹੋਏ ਜੀ, ਤਾਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਪਰਮਜੀਤ ਸਿੰਘ ਪੰਮਾ, ਵਾਈਸ ਪ੍ਰਧਾਨ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਅੰਮ੍ਰਿਤਸਰ। ਇਹ ਜਦੋਂ ਮੈਂ ਪਹਿਲਾਂ ਵੀ 6 ਸਾਲ ਪ੍ਰਧਾਨ ਰਿਹਾ ਵਾਂ, ਹੁਣ ਰਾਣੇ ਭਾਅ ਜੀ ਨੂੰ ਪ੍ਰਧਾਨਗੀ ਦਾ ਮੌਕਾ ਦਿੱਤਾ ਗਿਆ, ਇਹਨਾਂ ਦੀ ਰਹਿਨਮਾਈ ਹੇਠ ਇਹ ਐਰਕੀ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਵਾ। ਇਹਦੇ ਵਿੱਚ ਅੰਮ੍ਰਿਤਸਰ, ਅਜਨਾਲਾ ਨਾਲ ਲੱਗਦੇ ਇਲਾਕਿਆਂ ਤੋਂ ਬਹੁਤ ਦੂਰੋਂ ਵੀ, ਹਿਮਾਚਲ ਤੋਂ, ਜੰਮੂ ਤੋਂ, ਪਠਾਨਕੋਟ ਤੋਂ ਕਾਫੀ ਭਾਰੀ ਗਿਣਤੀ ਵਿੱਚ ਫੋਟੋਗ੍ਰਾਫਰ ਵੀਰਾਂ ਨੇ ਹਿੱਸਾ ਲਿਆ ਹੈ ਅਤੇ ਜੋ ਵੀ ਫੋਟੋਗ੍ਰਾਫੀ ਦੇ ਵਿੱਚ ਨਵੀਂ ਟੈਕਨੋਲੋਜੀ ਆ ਰਹੀ ਹੈ ਉਹਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਤੁਸੀਂ ਇਸ ਤੋਂ ਪਹਿਲਾਂ ਖੂਨਦਾਨ ਦਾ ਕੈਂਪ ਵੀ ਪਿਛਲੇ ਸਾਲ ਲਗਾਇਆ, ਜਿਸ ਟਾਈਮ ਪਰਮਿੰਦਰ ਸਿੰਘ ਭੰਡਾਲ DCP ਸੀ ਇਹਦੇ ਲਾਟ ਆਰਡਰ ਦੇ? ਹਾਂਜੀ, ਇਹ ਅਸੀਂ ਹੁਣ ਤੱਕ 6 ਖੂਨਦਾਨ ਕੈਂਪ ਲਾ ਚੁੱਕੇ ਹਾਂ, ਜਿਹਦੇ ਵਿੱਚ ਕਿ ਥੈਲੇਸੈਮੀਆ ਤੋਂ ਪੀੜਿਤ ਬੱਚਿਆਂ ਨੂੰ ਬਲੱਡ ਸਾਡੇ ਵੱਲੋਂ ਡੋਨੇਟ ਕੀਤਾ ਜਾਂਦਾ ਹੈ ਔਰ ਅਗਰ ਕੋਈ ਸੜਕ ਹਾਦਸੇ ਵਿੱਚ ਵੀ ਜ਼ਖਮੀ ਹੋ ਜਾਂਦਾ ਹੈ ਇਹ ਬਲੱਡ ਉਹਨਾਂ ਲਈ ਵੀ ਡੋਨੇਟ ਕੀਤਾ ਜਾਂਦਾ ਹੈ। ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਜਨਤਾ? ਸੰਦੇਸ਼ ਇਹੋ ਹੀ ਕਿ ਫੋਟੋਗ੍ਰਾਫਰ ਸਾਰੇ ਭਰਾ ਆਪਸ ਵਿੱਚ ਏਕਤਾ ਰੱਖਣ, ਕੋਈ ਵੀ ਫੰਕਸ਼ਨ ਦੇ ਉੱਪਰ ਆਪਸ ਦੇ ਵਿੱਚ ਇੱਕ ਦੂਜੇ ਨਾਲ ਕੋਈ ਝਗੜਾ ਨਾ ਕਰਨ ਅਤੇ ਮਿਲ ਜੁਲ ਕੇ ਰਹਿਣ, ਇਹਦੇ ਵਿੱਚ ਹੀ ਉਹਨਾਂ ਦਾ ਭਲਾ ਹੈ। ਸਰ ਕੀ ਨਾਮ ਆਪਣਾ? ਤਜਿੰਦਰ ਸਿੰਘ। ਸਰ ਕਿਹਾ ਕੀ ਕੰਮ ਕਰਦੇ? ਕੈਮਰਾ ਰਿਪੇਅਰਿੰਗ ਦਾ ਜੀ। ਕਿੱਥੇ ਦੁਕਾਨ? ਵਿਰਦੀ ਕੈਮਰਾ ਸਰਵਿਸ ਸੈਂਟਰ ਉੱਪਰ ਉੱਠਦਾ ਲੱਗਾ ਤੁਹਾਨੂੰ ਇੱਥੇ ਜਿਹੜੀ ਐਗਜੀਬਿਸ਼ਨ ਚਾਹੀਦੀ? ਬਹੁਤ ਵਧੀਆ ਜੀ।
ਬਿਲਕੁਲ ਜੀ ਬਿਲਕੁਲ ਬਿਲਕੁਲ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਬਸ ਜੀ ਸੰਦੇਸ਼ ਅਸੀਂ ਸੇਵਾ 'ਚ ਲੱਗੇ ਹਾਂ, ਆਓ ਕਿਸੇ ਤਰ੍ਹਾਂ ਦੀ ਕੋਈ ਹੈਲਪ ਲੋੜ ਹੈ ਸਰਵਿਸ ਵਾਸਤੇ ਅਸੀਂ ਫਰੀ ਬੈਠੇ। ਆਪਣੀ ਦੁਕਾਨ ਦੱਸ ਦਿਓ, ਦੁਕਾਨ ਵਿਰਦੀ ਕੈਮਰਾ ਸਰਵਿਸ ਸੈਂਟਰ ਕੂਪਰ ਰੋਡ ਗਿਆਨੀ ਚਾਹ ਵਾਲੇ ਦੇ ਨਜ਼ਦੀਕ।